ਇਹ ਸੂਏ ਉੱਪਰਲਾ ਉਹ ਪੁਲ ਹੈ ਜਿਸ ਨੂੰ ਪਿਛਲੇ ਜ਼ਮਾਨੇ ਵਿੱਚ ਸੀਖ ਦੀ ਪੁਲੀ ਕਿਹਾ ਜਾਂਦਾ ਸੀ। ਇਹ ਪਿੰਡ ਬੋਪਰਾਕਰਾਂ ਅਤੇ ਸੁਧਾਰ ਦੇ ਵਿਚਕਾਰ ਸੂਏ ਉੱਪਰ ਸਥਿਤ ਹੈ। ਪਹਿਲਾਂ ਇਹ ਪੁਲ ਬਹੁਤ ਭੀੜਾ ਸੀ ਜਿਸ ਦੇ ਕਾਰਨ ਆਏ ਦਿਨ ਕੋਈ ਨਾ ਕੋਈ ਹਾਦਸਾ ਇੱਥੇ ਵਾਪਰਿਆ ਰਹਿੰਦਾ ਸੀ ਅਤੇ ਗੱਡੀਆਂ ਸੂਏ ਦੇ ਵਿੱਚ ਡਿੱਗਦੀਆਂ ਰਹਿੰਦੀਆਂ ਸਨ। ਇਸ ਚੀਜ਼ ਨੂੰ ਮੁੱਖ ਰੱਖ ਕੇ ਪਿੰਡ ਦੀ ਵਿਕਾਸ ਕਮੇਟੀ ਨੇ ਇਸ ਨੂੰ ਚੌੜਾ ਕਰਨ ਦਾ ਫੈਸਲਾ ਕੀਤਾ ਅਤੇ ਮਾਸਟਰ ਨਿਰਮਲ ਸਿੰਘ ਅਤੇ ਮਾਸਟਰ ਰਾਮ ਸਿੰਘ ਜੀ ਦੀ ਹਾਜ਼ਰੀ ਵਿੱਚ ਇਹ ਪੁਲ ਦਾ ਕੰਮ ਹੋ ਰਿਹਾ ਹੈ। ਇਹ ਮਿਸਤਰੀ ਮਨ ਲਾਲ ਉਰਫ ਲਾਲ ਇਹ 28 ਸਾਲਾਂ ਤੋਂ ਸਾਡੇ ਇੱਥੇ ਪਿੰਡ ਵਿੱਚ ਰਹਿ ਰਿਹਾ ਹੈ ਅਤੇ ਇਹਦਾ ਪਿਛੋਕੜ ਯੂਪੀ ਦਾ ਹੈ ਅਤੇ ਇੱਥੇ ਮਿਸਤਰੀ ਦਾ ਕੰਮ ਕਰ ਰਿਹਾ ਹੈ। ਇਸ ਸੂਏ ਦੇ ਨਾਲ ਨਾਲ ਸੁਧਾਰ ਸਾਈਡ ਨੂੰ ਸੁਧਾਰ ਦੇ ਹੀ ਸਵਰਗੀ ਮਾਸਟਰ ਨਛੱਤਰ ਸਿੰਘ ਨੇ ਇਹ ਸੇਵਾ ਸੂਏ ਦੇ ਨਾਲ ਨਾਲ ਪੰਧ ਨੂੰ ਚੌੜਾ ਕਰਨ ਦੀ ਨਿਭਾਈ ਸੀ। ਸੁਧਾਰ ਪਿੰਡ ਤੋਂ ਸਰਦਾਰ ਹਰਦਿਆਲ ਸਿੰਘ ਜਿਸ ਨੂੰ ਭਾਜੀ ਕਿਹਾ ਜਾਂਦਾ ਹੈ ਉਹ ਖੜੇ ਹਨ। ਇਹ ਹਨ ਸਾਡੇ ਮਾਸਟਰ ਨਿਰਮਲ ਸਿੰਘ ਜੀ ਜੋ ਗ੍ਰਾਮ ਵਿਕਾਸ ਸੰਸਥਾ ਦੇ ਉਪ ਪ੍ਰਧਾਨ ਹਨ ਜੋ ਕਿ ਅੱਜ ਕੱਲ੍ਹ ਪਿੰਡ ਦੇ ਵਿਕਾਸ ਅਤੇ ਲੋਕ ਭਲਾਈ ਦੇ ਕੰਮਾਂ ਕਰ ਰਹੀ ਹੈ ਅਤੇ ਇਹਨਾਂ ਦੇ ਨਾਲ ਖੜ੍ਹੇ ਹਨ ਸਰਦਾਰ ਜਸਪਾਲ ਸਿੰਘ ਸਾਬਕਾ ਪੰਚ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਗ੍ਰਾਮ ਵਿਕਾਸ ਸੰਸਥਾ ਉਪਰੇ ਕਲਾਂ ਦੇ ਮੈਂ ਉਪ ਪ੍ਰਧਾਨ ਹਾਂ ਜੀ। ਅਸੀਂ ਪਹਿਲਾਂ ਸ਼ਮਸ਼ਾਨ ਘਾਟ ਦਾ ਕੰਮ ਮੁਕੰਮਲ ਕਰਵਾਇਆ ਅਤੇ ਉਸ ਤੋਂ ਬਾਅਦ ਅਸੀਂ ਹਾਈ ਸਕੂਲ ਦਾ ਗੇਟ ਬਣਵਾਇਆ ਅਤੇ ਉਹਦਾ ਜਿਹੜਾ ਸੀਗਾ ਸਾਡੇ ਹਾਲ ਬਣਿਆ ਬੱਚਿਆਂ ਦੇ ਪੇਪਰ ਦੇਣ ਵਾਲਾ ਉਹਦੇ 'ਚ ਬਾਰੀਆਂ ਦੇ ਵਿੱਚ ਜਾਲੀ ਹੈ ਨਹੀਂ ਸੀ, ਜਾਲੀ ਲਗਵਾਈ ਹੈ ਸਾਰੇ। ਅਤੇ ਉਸ ਤੋਂ ਬਾਅਦ ਅਸੀਂ ਬੱਚੇ ਸੰਸਥਾ ਲੈਂਦੇ ਆਪਣੇ ਗੁਰਦੁਆਰਾ ਸਾਹਿਬ ਸੱਚਖੰਡ ਪੋਪਰੇ ਕਲਾਂ 'ਚ ਉਹਨਾਂ ਨੂੰ ਵੀ ਅਸੀਂ ਪੇਮੈਂਟ ਦਿੰਦੇ ਹਾਂ 200-200 ਰੁਪਇਆ ਮਹੀਨੇ ਦੀ। 11 ਬੱਚੇ ਹਨ, ਬਾਕੀ ਹੋਰ ਵੀ ਅਸੀਂ ਉਪਰਾਲਾ ਕਰ ਰਹੇ ਹਾਂ ਵੀ ਬੱਚੇ ਵੱਧ ਤੋਂ ਵੱਧ ਸੰਸਥਾ ਲੈਣ। ਅਤੇ ਬਾਹਰਲਿਆਂ ਦੇ ਸੁਝਾਅ ਨੇ, ਉਹ ਕਹਿੰਦੇ ਵੀ ਤੁਸੀਂ ਗਰੀਬ ਬੱਚੇ ਚੁਣੋ, ਘੱਟੋ ਘੱਟ 50-60 ਹੋਣ ਜਿਨ੍ਹਾਂ ਨੂੰ ਕਿਤਾਬਾਂ ਕਾਪੀਆਂ ਅਤੇ ਹੋਰ ਸਹਾਇਤਾ ਦਿੱਤੀ ਜਾਵੇ। ਬਾਕੀ ਅਸੀਂ ਹੁਣ ਸੂਏ 'ਤੇ ਪੁਲ ਬਹੁਤ ਛੋਟਾ ਸੀ, ਇੱਥੇ ਕਈ ਐਕਸੀਡੈਂਟ ਹੋ ਗਏ ਸੀ, ਗੱਡੀਆਂ ਵੀ ਸੂਏ 'ਚ ਡਿੱਗੀਆਂ ਅਤੇ ਅਸੀਂ ਹੁਣ ਇਹਨੂੰ 23-24 ਫੁੱਟ ਚੌੜਾ ਕਰਕੇ ਬਣਾ ਕੇ ਸਾਰੇ ਦੇ ਉੱਪਰ ਲੈਂਟਰ ਪਾ ਕੇ ਅਤੇ ਅਸੀਂ ਇਹ ਹੁਣ ਤਿਆਰ ਕਰਵਾ ਰਹੇ ਹਾਂ ਜਿਸ ਦਾ ਕੰਮ 1-2 ਦਿਨਾਂ ਵਿੱਚ ਨੇਪਰੇ ਚੜ੍ਹਿਆ ਜਾਵੇਗਾ। ਇਹ ਹਨ ਮਾਸਟਰ ਰਾਮ ਸਿੰਘ ਜੀ ਜੋ ਕਿ ਲੋਕ ਭਲਾਈ ਦੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਹ ਹਨ ਸਰਦਾਰ ਗੁਰਦੇਵ ਸਿੰਘ ਜੀ ਅਤੇ ਸੰਸਥਾ ਦੇ ਮੈਂਬਰ ਹਨ। ਹਾਂਜੀ, ਬਾਕੀ ਹੋਰ ਜਿਹੜਾ ਸਾਨੂੰ ਬਾਹਰਲੇ ਵੀਰ ਸੁਝਾਅ ਦਿੰਦੇ ਆ, ਗਿਆਨੀ ਕਰਮ ਸਿੰਘ ਜੀ ਹੋਣੀ ਵੀ ਅਤੇ ਹੋਰ ਵੀ 2-4 ਬੰਦਿਆਂ ਨੇ ਸੁਝਾਅ ਦਿੱਤੇ ਆ ਵੀ ਤੁਸੀਂ ਪਿੰਡ 'ਚੋਂ ਹੋਰ ਬੱਚੇ ਲਓ ਜਿਹੜੇ ਗਰੀਬ ਨੇ, ਉਹਨਾਂ ਦੇ ਮਾਂ ਪਿਓ ਉਹਨਾਂ ਦੀ ਪੜ੍ਹਾਈ ਨੂੰ ਸਿਰੇ ਨਹੀਂ ਚਾੜ ਸਕਦੇ, ਉਹਨਾਂ ਨੂੰ ਲੀੜੇ ਕੱਪੜਾ ਅਤੇ ਕਿਤਾਬਾਂ ਕਾਪੀਆਂ ਦਾ ਕੰਮ ਆ ਜਿਹੜਾ ਵੀ ਉਹ ਵੀ ਲਓ
ਹੋਰ ਜੋ ਕੋਈ ਗਰੀਬ ਆ ਪਿੰਡ 'ਚ ਕਹਿੰਦੇ ਵਿਆਹ ਕਰਨ ਦਾ ਕੁੜੀ ਦੇ ਯੋਗ ਨਹੀਂ ਹੈ ਉਹਨੂੰ ਵੀ ਤੁਸੀਂ ਵਿਆਹ ਕਰੋ ਉਹਨਾਂ ਦੇ ਅਤੇ ਉਹਨਾਂ ਦਾ ਆਨੰਦ ਕਾਰਜ ਗੁਰਦੁਆਰਾ ਸਾਹਿਬ ਅਤੇ ਬਾਕੀ ਜਿਹੜਾ ਲੰਗਰ ਪਾਣੀ ਦਾ ਉਹ ਵੀ ਗੁਰਦੁਆਰਾ ਸਾਹਿਬ ਹੀ ਕਰੋ ਅਤੇ ਬਾਕੀ ਸੀਗਾ ਸੁਝਾਅ ਹੋਰ ਦਿੱਤਾ ਬਾਹਰਲੇ ਬੰਦਿਆਂ ਨੇ ਐੱਨ ਆਰ ਆਈ ਵੀਰਾਂ ਨੇ ਬਈ ਕੁਛ ਲਾਈਟਾਂ ਜਿੱਥੇ ਚੌਂਕ ਨੇ ਉੱਥੇ ਸੋਲਰ ਲਾਈਟਾਂ ਲਾਈਆਂ ਜਾਣ ਅਤੇ ਉਹ ਅਸੀਂ ਹੁਣ ਦੇਖਦੇ ਹਾਂ ਵਾਰੀ ਵਾਰੀ ਜੋ ਵੀਰ ਕਹਿਣਗੇ ਬਾਹਰਲੇ ਉਹਨਾਂ ਦੀ ਸਹਾਇਤਾ ਨਾਲ ਹੀ ਸਾਰੇ ਕੰਮ ਨੇਪਰੇ ਚੜ੍ਹਨੇ ਆ ਅਸੀਂ ਤਾਂ ਸੇਵਾਦਾਰ ਹਾਂ ਸੇਵਾ ਕਰੀ ਜਾਣੀ ਹੈ ਅਤੇ ਜਿੰਨਾ ਕੁ ਸਾਤੋਂ ਵੱਧ ਤੋਂ ਵੱਧ ਹੋ ਸਕੂ ਇਹ ਰਾਮ ਸਿੰਘ ਜੀ ਸਾਡੇ ਖਜ਼ਾਨਚੀ ਨੇ ਇਹ ਵੀ ਸਾਰਾ ਪ੍ਰਬੰਧ ਨਾਲ ਵੱਧ ਤੋਂ ਵੱਧ ਕਰਦੇ ਆ ਇਸ ਕਰਕੇ ਅਸੀਂ ਐੱਨ ਆਰ ਆਈ ਵੀਰਾਂ ਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ ਸੁਝਾਅ ਦੇਣਗੇ ਉਹ ਅਸੀਂ ਸਿਰ ਮੱਥੇ ਚੱਲਾਂਗੇ ਧੰਨਵਾਦ ਬਾਕੀ ਆ ਜਿਹੜਾ ਅਸੀਂ ਪੁਲ ਬਣਵਾ ਰਹੇ ਹਾਂ ਇਹਦੇ ਵਿੱਚ ਰਵਿੰਦਰ ਸਿੰਘ ਜਿਹੜੇ ਸਾਬਕਾ ਸਰਪੰਚ ਤਲੋਕ ਸਿੰਘ ਉਹਦੇ ਭਾਣਜੇ ਆ ਇਹਨਾਂ ਨੇ ਵੀ ਸਾਡੀ ਬਹੁਤ ਮਦਦ ਕੀਤੀ ਆ ਇੱਕ ਪੁਲੀ ਲੈ ਕੇ ਦਿੱਤੀ ਆ ਦੋ ਟਰਾਲੀਆਂ ਬਜਰੀ ਦੀਆਂ ਇੱਕ ਆ ਮੋਟਾ ਪੱਥਰ ਜਿਹੜਾ ਅਸੀਂ ਦੋਨੀ ਸਾਈਡ ਹੀ ਪਾਇਆ ਇਹ ਤਾਂ ਉਹਨਾਂ ਨੇ ਲੁੱਕ ਵੀ ਪਵਾ ਕੇ ਦੇਣੀ ਆ ਅੱਜ ਅਸੀਂ ਇੱਥੇ ਰੂਲਰ ਮੰਗਾ ਰਹੇ ਹਾਂ ਉਹਨਾਂ ਨੇ ਉਹੀ ਭੇਜਿਆ ਅਤੇ ਉਹ ਉੱਤੋਂ ਦੀ ਫੇਰ ਕੇ ਉਦੋਂ ਬਾਅਦ ਲੋਕੋ ਵੀ ਉਹੀ ਪਾਉਣਗੇ ਇਸ ਕਰਕੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਤੇ ਐੱਨ ਆਰ ਆਈ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਮਾਇਕ ਸਹਾਇਤਾ ਦੇ ਕੇ ਸਾਰੇ ਇਹ ਕੰਮਾਂ ਨੂੰ ਕਰਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।